ਸਤਿ ਸ਼੍ਰੀ ਅਕਾਲ ਜੀ। ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇਟਲੀ ਬਾਰੇ, ਇਟਲੀ ਦੀ ਲਾਈਫ ਬਾਰੇ, ਬੰਦਾ ਕਿੰਨਾ ਕਿੱਥੇ ਕਮਾ ਲੈਂਦਾ, ਕਿੰਨੇ ਕਿੱਥੇ ਦੇ ਖਰਚੇ ਨੇ, ਸੋ ਸਾਰਾ ਕੁਛ ਆਪਾਂ ਤੁਹਾਨੂੰ ਐਕਸਪਲੇਨ ਕਰਾਂਗੇ। ਸੋ ਜੁੜੇ ਰਹੋ ਕਿਉਂਕਿ ਇਹ ਵੀਡੀਓ 'ਚ ਮੈਂ ਕੋਸ਼ਿਸ਼ ਕਰੂੰਗਾ ਵੀ ਸਾਰਾ ਕੁਛ ਕਵਰ ਹੋ ਜੇ। ਸੋ ਪੂਰੀ ਤਰ੍ਹਾਂ ਸਮਝਣ ਲਈ ਇਹਨੂੰ ਐਂਡ ਤੱਕ ਦੇਖਿਓ। ਹੁਣ ਮੈਂ ਖੁਦ ਇਟਲੀ 'ਚ ਇੰਨੇ ਸਾਲ ਤੋਂ ਰਹਿ ਰਿਹਾ, ਜਦੋਂ ਮੈਂ 6 ਸਾਲ ਦਾ ਸੀਗਾ ਉਦੋਂ ਮੈਂ ਇੱਥੇ ਫੈਮਿਲੀ ਨਾਲ ਮੂਵ ਹੋ ਗਿਆ ਸੀ। ਮੈਂ ਪਹਿਲੀ ਕਲਾਸ ਤੋਂ ਇੱਥੇ ਹੀ ਸਾਰੀ ਪੜ੍ਹਾਈ ਕੀਤੀ ਆ, ਉਹ ਤੋਂ ਬਾਅਦ ਮੈਂ ਬਾਹਰ ਜਾ ਕੇ ਵੀ ਕੈਨੇਡਾ ਵੀ ਪੜ੍ਹਾਈ ਕੀਤੀ। ਸੋ ਇੱਥੇ ਮੈਂ ਬਹੁਤ ਟਾਈਮ ਦਾ ਰਹਿ ਰਿਹਾ, ਤਾਂ ਕਰਕੇ ਇੱਦਾਂ ਨੀਗਾ ਵੀ ਮੈਂ ਤੁਹਾਨੂੰ ਸੁਣਿਆ ਸੁਣਾਈਆਂ ਗੱਲਾਂ ਦੱਸ ਰਿਹਾ। ਜੋ ਚੀਜ਼ਾਂ ਮੈਂ ਇੰਨੇ ਸਾਲ ਤੋਂ ਦੇਖਦਾ ਆ ਰਿਹਾ ਮੈਂ ਤੁਹਾਨੂੰ ਉਹੀ ਚੀਜ਼ਾਂ ਦੱਸੂੰਗਾ। ਹੁਣ ਜਦੋਂ ਮੈਂ ਆਇਆ ਸੀਗਾ ਇੱਥੇ ਆਪਦੀ ਫੈਮਿਲੀ ਨਾਲ, ਜੋ ਮੈਂ ਛੋਟਾ ਜਿਹਾ ਹੁੰਦਾ ਸੀਗਾ ਉਦੋਂ ਆਪਣੇ ਪੰਜਾਬੀਆਂ ਦੀ ਗਿਣਤੀ ਥੋੜ੍ਹੀ ਜਿਹੀ ਘੱਟ ਹੁੰਦੀ ਸੀਗੀ, ਪਰ ਹੁਣ ਪਿਛਲੇ ਸਾਲਾਂ 'ਚ ਆਪਣੇ ਪੰਜਾਬੀਆਂ ਦੀ ਗਿਣਤੀ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਈ। ਜੇ ਆਪਾਂ ਹੋਰ ਦੇਸ਼ਾਂ 'ਚ ਦੇਖੀਏ ਤਾਂ ਆਪਾਂ ਇੱਕ ਲਿਸਟ ਲਈਏ ਵੀ ਸਭ ਤੋਂ ਜ਼ਿਆਦਾ ਪੰਜਾਬੀ ਕਿਹੜੇ ਕਿਹੜੇ ਕੰਟਰੀਆਂ 'ਚ ਨੇ, ਹੈ ਨਾ, ਰੈਂਕਿੰਗ ਦੇ ਹਿਸਾਬ ਨਾਲ ਗੂਗਲ ਸਰਚ ਕਰਕੇ ਦੇਖੀਏ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਉਹ ਆਪਾਂ ਨੂੰ ਦਿਖਾਊਗਾ ਵੀ ਕੈਨੇਡਾ, ਜਿੱਥੇ ਆਲਮੋਸਟ 8 ਲੱਖ ਪੰਜਾਬੀ ਇਹ ਦਿਖਾ ਰਿਹਾ, ਪਰ ਮੈਂ ਸ਼ੋਰ ਹਾਂ ਹੁਣ 2024 'ਚ ਤਾਂ ਜ਼ਿਆਦਾ ਹੋਣਗੇ। ਦੂਸਰੇ ਨੰਬਰ 'ਤੇ ਇਹ ਆਪਾਂ ਨੂੰ ਦਿਖਾ ਰਿਹਾ ਇੰਗਲੈਂਡ, ਜਿਹ 'ਚ 5 ਲੱਖ ਤੋਂ ਵੀ ਜ਼ਿਆਦਾ ਪੰਜਾਬੀ ਰਹਿੰਦਾ। ਤੀਸਰੇ ਨੰਬਰ 'ਤੇ ਇਹ ਦਿਖਾ ਰਿਹਾ USA, ਜਿਹ 'ਚ ਆਲਮੋਸਟ 3 ਲੱਖ ਪੰਜਾਬੀ ਰਹਿੰਦਾ, ਪਰ ਮੈਂ ਸ਼ੋਰ ਹਾਂ ਵੀ ਇੱਥੇ ਵੀ ਹੁਣ ਨੰਬਰ ਵੱਧ ਗਿਆ ਹੋਊਗਾ 2024 'ਚ। ਚੌਥੇ ਨੰਬਰ 'ਤੇ ਆਉਂਦਾ ਇਟਲੀ, ਜਿੱਥੇ ਰਹਿੰਦਾ 2,20,000 ਪੰਜਾਬੀ। ਅਤੇ ਪੰਜਵੇਂ ਨੰਬਰ 'ਤੇ ਦਿਖਾ ਰਹੇ ਨੇ ਆਸਟ੍ਰੇਲੀਆ, ਜਿੱਥੇ ਇਟਲੀ ਤੋਂ ਥੋੜ੍ਹੇ ਜਿਹੇ ਘੱਟ ਹੀ ਨੇ, 2,10,000 ਪੰਜਾਬੀ ਰਹਿੰਦਾ। ਹੁਣ ਇਹ ਜਿਹੜੇ ਨੰਬਰ ਨੇ ਇਹ ਉਹ ਸਾਰੇ ਲੋਕਾਂ ਦੇ ਨੇ ਜਿਹੜੇ ਇਕੱਲੇ ਇਕੱਲੇ ਕੰਟਰੀਆਂ ਵਿੱਚ ਹੈ ਨਾ ਪੱਕੇ ਹੋਏ ਨੇ, ਜਿਹੜੇ ਕੱਚੇ ਨੇ ਓਬਵੀਅਸਲੀ ਉਹ ਤਾਂ ਵਿੱਚ ਗਿਣੇ ਨਹੀਂ ਜਾਂਦੇ, ਤਾਂ ਮੈਂ ਸ਼ੋਰ ਹਾਂ ਵੀ ਨੰਬਰ ਹਰੇਕ ਕੰਟਰੀ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਹੀ ਆ ਜਿੰਨਾ ਇਹਨਾਂ ਨੇ ਲਿਖਿਆ। ਹੁਣ ਇਟਲੀ ਦੀ ਖਾਸੀਅਤ ਇਹ ਆ, ਬਾਕੀ ਜਿਹੜੇ ਕੰਟਰੀ ਨੇ ਉਹਨਾਂ ਸਾਰਿਆਂ 'ਚ ਇੰਗਲਿਸ਼ ਬੋਲੀ ਜਾਂਦੀ ਆ। ਇਟਲੀ ਇੱਕ ਐਜਾ ਕੰਟਰੀ ਆ ਜਿੱਥੇ ਇੰਗਲਿਸ਼ ਨਹੀਂ ਇਟਾਲੀਅਨ ਬੋਲੀ ਜਾਂਦੀ ਆ, ਪਰ ਫਿਰ ਵੀ ਆਪਣੇ ਪੰਜਾਬੀਆਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਆ, ਅਤੇ ਹਰ ਸਾਲ ਇੱਥੇ ਹੋਰ ਜ਼ਿਆਦਾ ਪੰਜਾਬੀ ਆ ਰਹੇ ਨੇ। ਪਿਛਲੇ ਖਾਸ ਕਰਕੇ ਕੁਛ ਕੁ ਸਾਲਾਂ ਤੋਂ ਤਾਂ ਜ਼ਿਆਦਾ ਇੰਕਰੀਜ਼ ਹੋ ਰਿਹਾ ਨੰਬਰ। ਸਭ ਤੋਂ ਪਹਿਲਾਂ ਤਾਂ ਇੱਥੇ ਜਿਹੜੇ ਹੁਣ ਪੰਜਾਬੀ ਰਹਿੰਦੇ ਨੇ ਉਹ 2 ਟਾਈਪ ਦੇ ਨੇ। ਪਹਿਲੇ ਟਾਈਪ ਦੇ ਬੰਦੇ ਉਹ ਨੇ ਜਿਨ੍ਹਾਂ ਦੀ ਫੈਮਿਲੀ ਹਜੇ ਵਾਪਸ ਇੰਡੀਆ ਰਹਿੰਦੀ ਆ ਅਤੇ ਉਹ ਇੱਥੇ ਇਕੱਲੇ ਰਹਿੰਦੇ ਨੇ, ਸੋ ਉਹਨਾਂ ਦੀ ਜ਼ਿਆਦਾ ਪ੍ਰਾਇੋਰਟੀ ਇਹ ਆ ਵੀ ਆਪਾਂ ਪੈਸਾ ਮਗਰ ਘਰ ਭੇਜਣਾ, ਹੈ ਨਾ, ਆਪਦੀ ਫੈਮਿਲੀ ਨੂੰ ਸਪੋਰਟ ਕਰ ਲਈ। ਅਤੇ ਦੂਸਰੇ ਟਾਈਪ ਦੇ ਪੰਜਾਬੀ ਉਹ ਨੇ ਜਿਹੜੇ ਇੱਥੇ ਆਪਦੀ ਫੈਮਿਲੀਜ਼ ਨਾਲ ਰਹਿੰਦੇ ਨੇ, ਜਿਨ੍ਹਾਂ ਦੇ ਬੱਚੇ ਵੀ ਹਾਣ ਦੇ ਹੋ ਗਏ, ਉਹ ਵੀ ਨਾਲ ਕੰਮ ਕਰਦੇ ਨੇ। ਹੁਣ ਉਹਨਾਂ ਦੀ ਜੇ ਲਾਈਫ ਦੇਖੀਏ, ਉਹਨਾਂ ਦਾ ਲਾਈਫ ਸਟਾਈਲ ਕਾਫੀ ਅਲੱਗ ਹੋਊਗਾ ਜੇ ਆਪਾਂ ਉਹਨਾਂ ਨੂੰ ਦੂਸਰੇ ਆਪਾਂ ਪੰਜਾਬੀਆਂ ਨਾਲ ਕੰਪੇਅਰ ਕਰੀਏ ਜਿਹੜੇ ਹਜੇ ਇੱਥੇ ਇਕੱਲੇ ਰਹਿ ਰਹੇ ਨੇ, ਜਿਨ੍ਹਾਂ ਦੀ ਫੈਮਿਲੀ ਹਜੇ ਮਗਰ ਇੰਡੀਆ। ਆਪਾਂ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਦੇ ਕੰਮਾਂ ਬਾਰੇ ਦੱਸਦਾ। ਇੱਥੇ ਦੇ ਕੰਮ ਮੈਂ 3 ਕੈਟੇਗਰੀ ਵਿੱਚ ਡਿਵਾਈਡ ਕਰਦਾ। ਨੰਬਰ 1 'ਤੇ ਆ ਜਾਂਦੇ ਨੇ ਡੈਰੀ ਫਾਰਮ ਵਾਲੇ ਕੰਮ, ਜੋ ਕਿ ਤੁਸੀਂ ਬਹੁਤ ਸੁਣੇ ਹੋਣਗੇ ਵੀ ਇਟਲੀ 'ਚ ਜ਼ਿਆਦਾ ਪੰਜਾਬੀ ਡੈਰੀ ਫਾਰਮ ਵਿੱਚ ਕੰਮ ਕਰਦੇ ਨੇ, ਸੋ ਨੰਬਰ 1 'ਤੇ ਆ ਜਾਂਦਾ ਡੈਰੀ ਫਾਰਮ ਵਾਲਾ ਕੰਮ। ਨੰਬਰ 2 'ਤੇ ਆਉਂਦੇ ਨੇ ਜੌਬਸ, ਇਹ ਜੌਬਸ ਵਿੱਚ ਬਹੁਤ ਕੁਛ ਆ ਜਾਂਦਾ, ਫੈਕਟਰੀਆਂ ਵਾਲੇ ਕੰਮ ਆ ਜਾਂਦੇ ਨੇ। ਜਿਹੜੇ ਹੁਣ ਇੱਥੇ ਬੱਚੇ ਪੜ੍ਹੇ ਲਿਖੇ ਨੇ ਉਹ ਸਰਕਾਰੀ ਨੌਕਰੀਆਂ 'ਚ ਜ਼ਿਆਦਾ ਜਾ ਰਹੇ ਨੇ, ਵੀ ਉਹ ਕੋਈ ਆਫਿਸ 'ਚ ਕੰਮ ਕਰ ਰਹੇ ਨੇ। ਹੁਣ ਮੈਂ ਸੁਣਿਆ ਵੀ ਆਪਣੇ ਪੰਜਾਬੀ ਇੱਥੇ ਦੀ ਪੁਲਿਸ 'ਚ ਵੀ ਆਉਣ ਲੱਗ ਗਏ। ਤੀਸਰੇ ਨੰਬਰ 'ਤੇ ਆਪਣੇ ਉਹ ਆ ਜਾਂਦੇ ਨੇ ਜਿਹੜੇ ਇੱਥੇ ਟਰੱਕ ਚਲਾਉਂਦੇ ਨੇ, ਹੈ ਨਾ, ਜਿਹੜੇ ਆਪਣੇ ਡਰਾਈਵਰ ਭਰਾ ਨੇ, ਇਹ ਹੈਗੀ ਦੂਜੀ ਕੈਟੇਗਰੀ। ਤੀਸਰੀ ਕੈਟੇਗਰੀ ਵਿੱਚ ਆਪਣੇ ਉਹ ਆ ਜਾਂਦੇ ਨੇ ਪੰਜਾਬੀ ਜਿਨ੍ਹਾਂ ਦਾ ਆਪਦਾ ਕਾਰੋਬਾਰ ਆ, ਜਿਨ੍ਹਾਂ ਦਾ ਇੱਥੇ ਆਪਦਾ ਬਿਜ਼ਨਸ ਆ। ਸੋ ਹੁਣ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਹਾਂ। ਹੁਣ ਸਭ ਤੋਂ ਪਹਿਲਾਂ ਜਿਹੜੇ ਆਪਣੇ ਡੈਰੀ ਫਾਰਮ ਵਾਲੇ ਨੇ ਉਹ ਕਿੰਨੀ ਕੁ ਉਹਨਾਂ ਦੀ ਇਨਕਮ ਆ। ਹੁਣ ਖਾਸ ਕਰਕੇ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ, ਮੈਂ ਗੱਲ ਕਰ ਰਿਹਾ ਇਟਲੀ ਦੇ ਨੌਰਥ ਵਾਲੇ ਸਾਈਡ ਦੀ, ਠੀਕ ਹੈ, ਕਿਉਂਕਿ ਮੈਂ ਸ਼ੁਰੂ ਤੋਂ ਇੱਥੇ ਹੀ ਰਿਹਾ, ਸੋ ਜਿਹੜੀ ਚੀਜ਼ਾਂ ਮੈਂ ਇੱਥੇ ਦੇਖੀਆਂ ਨੇ ਮੈਂ ਉਹੀ ਤੁਹਾਨੂੰ ਦੱਸੂੰਗਾ। ਹੁਣ ਜਿਹੜਾ ਇਟਲੀ ਦਾ ਨੌਰਥ ਵਾਲਾ ਸਾਈਡ ਆ ਉਹ ਸਾਊਥ ਵਾਲੇ ਸਾਈਡ ਨੂੰ ਜ਼ਿਆਦਾ ਅਮੀਰ ਆ, ਸੋ ਇੱਥੇ ਜਿਹੜਾ ਹੁਣ ਬੰਦਾ ਡੈਰੀ ਫਾਰਮ ਦਾ ਕੰਮ ਕਰਦਾ ਅਤੇ ਉਹਦਾ ਵਧੀਆ ਮਾਲਕ ਆ, ਵਧੀਆ ਉਹਦਾ ਡੈਰੀ ਫਾਰਮ ਆ, ਤਾਂ ਲਗਭਗ 2,000 ਅਤੇ 3,000 ਯੂਰੋ ਦੇ ਵਿੱਚ ਉਹ ਐਕਸਪੈਕਟ ਕਰ ਸਕਦਾ ਵੀ ਉਹਦੀ ਕਮਾਈ ਆ। ਕਈ ਜਿਹੜੇ ਤਕੜੇ ਮਾਲਕ ਹੁੰਦੇ ਨੇ ਜਿਨ੍ਹਾਂ ਦੇ ਵੱਡੇ ਵੱਡੇ ਡੈਰੀ ਫਾਰਮ ਹੁੰਦੇ ਨੇ ਉਹ ਵਿੱਚ ਉਹਨਾਂ ਨੂੰ ਘਰ ਵੀ ਫ੍ਰੀ 'ਚ ਦੇ ਦਿੰਦੇ ਨੇ,
ਸੋ ਕਈ ਇੱਥੇ ਪੰਜਾਬੀ ਫੈਮਿਲੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਵਿੱਚ ਘਰ ਵੀ ਫ੍ਰੀ 'ਚ ਮਿਲ ਜਾਂਦਾ, ਉਹ ਤੋਂ ਬਾਅਦ ਉਹ ਘਰ ਵਿੱਚ ਨਾ ਉਹਨਾਂ ਨੂੰ ਗੈਸ ਦਾ ਨਾ ਉਹਨਾਂ ਨੂੰ ਬਿਜਲੀ ਦਾ ਬਿੱਲ ਦੇਣਾ ਪੈਂਦਾ, ਸੋ ਉਹ ਜਿਹੜੇ ਐਕਸਟਰਾ ਖਰਚੇ ਨੇ ਨਾ ਉਹ ਉਹਨਾਂ ਦੇ ਸਾਰੇ ਬਚ ਜਾਂਦੇ ਨੇ। ਦੂਸਰੇ ਨੰਬਰ 'ਤੇ ਆਪਣੇ ਆ ਜਾਂਦੇ ਨੇ ਜੋਬਸ ਵਾਲੇ। ਸੋ ਫੈਕਟਰੀ ਵਾਲੇ ਤੋਂ ਸ਼ੁਰੂ ਕਰਦੇ ਹਾਂ, ਜਿਹੜਾ ਹੁਣ ਇੱਥੇ ਕੋਈ ਵੀ ਫੈਕਟਰੀ 'ਤੇ ਕੰਮ ਲੱਗੂਗਾ ਤਾਂ 1500 ਤੇ 2500 ਯੂਰੋ ਦੇ ਵਿੱਚ ਉਹ ਐਕਸਪੈਕਟ ਕਰ ਸਕਦਾ ਵੀ ਉਹਦੀ ਕਮਾਈ ਹੋਊਗੀ। ਸੋ ਡਿਪੈਂਡ ਕਰਦਾ ਬੰਦਾ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ, ਜੇ ਨਵਾਂ ਬੰਦਾ ਲੱਗਿਆ ਜਾਂ ਉਹਨੂੰ ਕਾਫੀ ਸਾਲ ਹੋ ਗਏ, ਕਿੱਡੀ ਬੜੀ ਕੰਪਨੀ ਆ ਜਿਹਦੇ ਲਈ ਉਹ ਕੰਮ ਕਰ ਰਿਹਾ। ਹਾਂ, ਕਈ ਹੈਗੇ ਨੇ ਜੋ ਫੈਕਟਰੀਆਂ ਵਿੱਚ ਕੰਮ ਕਰਕੇ ਵੀ 3000 ਯੂਰੋ ਕਮਾ ਲੈਂਦੇ ਨੇ, ਹੈ ਨਾ, ਥੋੜ੍ਹੇ ਬਹੁਤੀਆਂ ਉਹਨਾਂ ਦੀਆਂ ਬੜੀਆਂ ਤਕੜੀਆਂ ਕੰਪਨੀਆਂ ਹੁੰਦੀਆਂ ਨੇ, ਪਰ ਲਗਭਗ 1500 ਤੇ 3000 ਦੇ ਵਿੱਚ ਐਕਸਪੈਕਟ ਕਰ ਸਕਦੇ ਹਾਂ। ਬਾਕੀ ਜਿਹੜੇ ਥੋੜ੍ਹੇ ਜਿਹੇ ਜ਼ਿਆਦਾ ਪੁਰਾਣੇ ਬੰਦੇ ਨੇ ਜਿਹੜੇ ਕਾਫੀ ਸਾਲਾਂ ਤੋਂ ਲੱਗੇ ਨੇ, ਉਹ ਓਬਵੀਅਸਲੀ ਜ਼ਿਆਦਾ ਕਮਾ ਰਹੇ ਨੇ ਜੇ ਆਪਾਂ ਉਹਨਾਂ ਨੂੰ ਉਹ ਬੰਦਿਆਂ ਨਾਲ ਕੰਪੇਅਰ ਕਰੀਏ ਜਿਹੜੇ ਹੁਣੇ ਹੀ ਲੱਗੇ ਨੇ 1-2 ਸਾਲਾਂ ਤੋਂ। ਹੁਣ ਜਿਹੜੇ ਫੈਕਟਰੀ 'ਚ ਕੰਮ ਕਰਦੇ ਨੇ ਉਹਨਾਂ ਨੂੰ 12 ਮਹੀਨਿਆਂ ਦੀਆਂ 13 ਤਨਖਾਹਾਂ ਮਿਲਦੀਆਂ ਨੇ। ਹਾਂ, ਇੱਥੇ ਇਹ ਸਿਸਟਮ ਹੈਗਾ, ਸਾਲ ਦੀਆਂ 13 ਤਨਖਾਹਾਂ ਨੇ। ਅਤੇ ਇੱਥੇ ਫੈਕਟਰੀਆਂ ਦਾ ਇਹ ਹਿਸਾਬ ਕਿਤਾਬ ਹੁੰਦਾ ਵੀ ਜਿਹੜੀ ਵੀ ਕੰਪਨੀ ਵਿੱਚ ਹੁਣ ਬੰਦਾ ਕੰਮ ਕਰਨ ਲੱਗਦਾ ਨਾ, ਪਹਿਲਾਂ ਉਹਦੇ 2 ਟੈਂਪੋਰੇਰੀ ਕੰਟਰੈਕਟ ਹੁੰਦੇ ਨੇ, ਯਾਨੀ ਕਿ 2 ਉਹਨਾਂ ਉਹਦੇ 1-1 ਮਹੀਨੇ ਦੇ ਕੰਟਰੈਕਟ ਹੋ ਸਕਦੇ ਨੇ, ਜਾਂ 1 ਮਹੀਨੇ ਦਾ ਹੋ ਸਕਦਾ, ਫਿਰ ਉਹਦਾ 3 ਮਹੀਨੇ ਦਾ ਕਰਤਾ, ਅਤੇ ਜੋ ਤੀਸਰਾ ਕੰਟਰੈਕਟ ਕਰਨਾ ਹੁੰਦਾ ਫਿਰ ਇੱਥੇ ਉਹ ਕੰਪਨੀ ਨੂੰ ਡਿਸਾਈਡ ਕਰਨਾ ਹੁੰਦਾ ਵੀ ਜੇ ਹੁਣ ਬੰਦੇ ਨੂੰ ਪੱਕਾ ਰੱਖਣਾ ਤਾਂ ਇਹਦਾ ਆਪਾਂ ਅੱਗੇ ਕੰਟਰੈਕਟ ਵਧਾਈਏ ਨਾ, ਕਿਉਂਕਿ ਜਿਹੜਾ ਤੀਸਰਾ ਹੁੰਦਾ ਉਹ ਫਿਰ ਪੱਕਾ ਹੀ ਕਰਨਾ ਪੈਂਦਾ। ਸੋ ਜਿਹਦਾ ਇੱਥੇ ਹੁਣ ਕੰਟਰੈਕਟ ਪੱਕਾ ਆ ਉਹਨੂੰ ਬੈਨੀਫਿਟ ਵੀ ਜ਼ਿਆਦਾ ਮਿਲਦੇ ਨੇ। ਹੁਣ ਜਿਹਦਾ ਇੱਥੇ ਕੰਤਰਾਤੋਂ ਫੀਸੋ ਕਹਿ ਦਿੰਦੇ ਨੇ, ਜਿਹੜੇ ਇੱਥੇ ਫਿਕਸ ਨੇ ਲੱਗੇ ਹੋਏ ਨੇ, ਉਹ ਜੇ ਉਹ ਛੁੱਟੀਆਂ ਵੀ ਲੈਣਗੇ ਸਾਲ 'ਚ, ਇੱਕ ਤਾਂ ਅਗਸਤ ਦੇ ਮਹੀਨੇ ਛੁੱਟੀਆਂ ਹੁੰਦੀਆਂ ਨੇ ਅਤੇ 1 ਦਸੰਬਰ 'ਚ ਛੁੱਟੀਆਂ ਹੁੰਦੀਆਂ ਨੇ, ਠੀਕ ਹੈ, ਦਸੰਬਰ 'ਚ 2 ਹਫ਼ਤਿਆਂ ਦੀਆਂ ਹੁੰਦੀਆਂ ਨੇ, ਅਗਸਤ 'ਚ ਅਰਾਊਂਡ 3 ਹਫ਼ਤੇ ਦੀਆਂ ਛੁੱਟੀਆਂ ਹੁੰਦੀਆਂ ਨੇ। ਸੋ ਉਹਨਾਂ ਨੂੰ ਛੁੱਟੀਆਂ ਦੇ ਵੀ ਪੈਸੇ ਆਉਂਦੇ ਨੇ। ਅਤੇ ਹੋਰ ਬੈਨੀਫਿਟ ਇਹ ਨੇ, ਇਟਲੀ ਵਿੱਚ ਜਿਹੜਾ ਪੱਕਾ ਬੰਦਾ ਜਿਹਦੇ ਪੇਪਰ ਪੱਕੇ ਨੇ ਉਹਦੀ ਮੈਡੀਕਲ ਵੀ ਫ੍ਰੀ ਆ। ਅਤੇ ਕਈ ਇੱਦਾਂ ਦੀਆਂ ਵਧੀਆ ਕੰਪਨੀਜ਼ ਹੈਗੀਆਂ ਨੇ ਜੋ ਇਹ ਤੋਂ ਵੀ ਅੱਗੇ ਥੋੜ੍ਹੇ ਜਿਹੇ ਹੋਰ ਵੀ ਜ਼ਿਆਦਾ ਬੈਨੀਫਿਟ ਦਿੰਦੇ ਨੇ ਆਪਣੇ ਪੱਕੇ ਬੰਦਿਆਂ ਲਈ, ਜਿਨ੍ਹਾਂ ਦਾ ਉਹਨਾਂ ਨੇ ਕੰਟਰੈਕਟ ਪੱਕਾ ਫੀਸੋ ਕੀਤਾ ਹੁੰਦਾ ਨਾ, ਫਿਕਸ ਕੰਟਰੈਕਟ ਹੁੰਦਾ। ਫੋਰ ਐਗਜ਼ਾਮਪਲ, ਦੰਦਾਂ ਦਾ ਜੇ ਉਹਨਾਂ ਨੇ ਇਲਾਜ ਕਰਾਉਣਾ ਉਹ ਵੀ ਉਹਨਾਂ ਦਾ ਫ੍ਰੀ ਹੁੰਦਾ, ਜਾਂ ਉਹਨਾਂ ਨੇ ਜੇ ਕੋਈ ਚੈੱਕਅਪ ਕਰਾਉਣਾ ਕੋਈ ਵੀ ਟਾਈਪ ਦਾ ਚੈੱਕਅਪ ਹੋਵੇ ਉਹ ਵੀ ਸਾਰਾ ਕੁਝ ਉਹ ਫ੍ਰੀ ਵਿੱਚ ਹੀ ਕਵਰਡ ਹੁੰਦਾ। ਕਈ ਕਈ ਕੰਪਨੀ ਹੈਗੀਆਂ ਨੇ ਜੋ ਇਹ ਵੀ ਸਰਵਿਸਿਜ਼ ਔਫਰ ਕਰਦੀਆਂ ਨੇ, ਪਰ ਜੇ ਕੋਈ ਵੀ ਇੱਥੇ ਪੱਕਾ ਆ ਉਹਦੇ ਕੋਲ PR ਹੈਗੀ ਆ ਇਟਲੀ ਦੀ, ਤਾਂ ਉਹਦੇ ਲਈ ਮੈਡੀਕਲ ਤਾਂ ਇੱਥੇ ਫ੍ਰੀ ਹੋਈ ਆ। ਫੈਕਟਰੀ ਵਾਲੇ ਜਿਹੜੇ ਨੇ, ਜਿਵੇਂ ਕਿ ਮੈਂ ਪਹਿਲਾਂ ਕਿਹਾ, 1500 ਤੇ 3000 ਦੇ ਵਿੱਚ ਕਮਾ ਸਕਦੇ ਨੇ, ਰਾਊਂਡ ਅਬਾਊਟ ਜੇ ਆਪਾਂ ਲਾਈਏ, ਹੈ ਨਾ, ਬਹੁਤ ਚੀਜ਼ਾਂ ਤੋਂ ਡਿਪੈਂਡ ਕਰਦਾ, ਮੈਂ ਤੁਹਾਨੂੰ ਐਵਰੇਜ ਦੱਸਦਾ। ਇਹ ਤੋਂ ਬਾਅਦ ਜਿਹੜੇ ਹੁਣ ਇੱਥੇ ਦੇ ਬੱਚੇ ਪੜ੍ਹੇ ਲਿਖੇ ਨੇ ਨਾ, ਜਿਹੜੇ ਸ਼ੁਰੂ ਤੋਂ ਇੱਥੇ ਪੜ੍ਹ ਲਿਖ ਕੇ ਵੱਡੇ ਹੋਏ ਨੇ, ਇੱਥੇ ਦੀ ਉਹਨਾਂ ਨੇ ਪੜ੍ਹਾਈ ਕੀਤੀ ਆ, ਅਤੇ ਉਹ ਹੁਣ ਲੇਟਲੀ ਜ਼ਿਆਦਾਤਰ ਥੋੜ੍ਹਾ ਬਹੁਤਾ ਪ੍ਰੋਫੈਸ਼ਨਲ ਜੋਬਸ 'ਚ ਜਾ ਰਹੇ ਨੇ, ਥੋੜ੍ਹਾ ਬਹੁਤਾ ਹੋਰ ਸਰਕਾਰੀ ਨੌਕਰੀਆਂ 'ਚ ਜਾ ਰਹੇ ਨੇ, ਕਈ ਆਫਿਸ ਵਾਲੇ ਜੋਬ ਕਰਦੇ ਨੇ, ਕਈ ਮਿਊਨਿਸਪਲ ਕਮੇਟੀ 'ਚ ਕੰਮ ਕਰਦੇ ਨੇ, ਕਈ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੁਣ ਆਪਣੇ ਪੰਜਾਬੀ ਪੁਲਿਸ ਵਿੱਚ ਵੀ ਕਾਫੀ ਜ਼ਿਆਦਾ ਆਉਣ ਲੱਗ ਗਏ। ਸੋ ਡਿਪੈਂਡ ਕਰਦਾ ਹੈ ਨਾ ਕਿਹੜੇ ਕਿਹੜੇ ਟਾਈਪ ਦੀ ਜੋਬ ਕਰਦੇ ਨੇ, ਪਰ ਇਹਦੇ ਵਿੱਚ ਵੀ ਉਹ ਲਗਭਗ 1500 ਤੇ 2500 ਦੇ ਵਿੱਚ ਐਕਸਪੈਕਟ ਕਰ ਸਕਦੇ ਨੇ ਵੀ ਇੰਨੀ ਕੁ ਉਹਦੀ ਕਮਾਈ ਆ 1500 ਤੇ 2500 ਯੂਰੋ ਦੇ ਵਿੱਚ। ਤਾਂ ਖਾਸ ਕਰਕੇ ਜਿਹੜੇ ਇੱਥੇ ਦੇ ਬੱਚੇ ਨੇ ਜਿਹੜੇ ਹੁਣ ਆਪਦੀ ਫੈਮਿਲੀਆਂ ਨਾਲ ਰਹਿੰਦੇ ਨੇ, ਇੱਥੇ ਇਟਲੀ ਦੀ ਇੱਕ ਖਾਸੀਅਤ ਆ ਜੇ ਬੰਦਾ ਥੋੜ੍ਹਾ ਬਹੁਤਾ ਹਿਸਾਬ ਨਾਲ ਚੱਲੇ ਨਾ ਤਾਂ ਪਰਿਵਾਰ ਵਿੱਚ ਚਾਹੇ 1 ਬੰਦਾ ਕੰਮ ਕਰਦਾ ਹੋਵੇ ਉਹ ਆਪਦਾ ਸਾਰਾ ਪਰਿਵਾਰ ਸਾਰਾ ਖਰਚਾ ਪਾਣੀ ਚਲਾ ਸਕਦਾ, ਹੈ ਨਾ, ਜੇ ਥੋੜ੍ਹਾ ਬਹੁਤਾ ਐਂ ਹਿਸਾਬ ਨਾਲ ਚੱਲੇ। ਹੁਣ ਜਿਹੜੇ ਪਰਿਵਾਰਾਂ ਵਿੱਚ ਜ਼ਿਆਦਾ ਲੋਕ ਨੇ ਕਮਾਉਣ ਵਾਲੇ ਤਾਂ ਓਬਵੀਅਸਲੀ ਉਹਨਾਂ ਨੂੰ ਜ਼ਿਆਦਾ ਫਾਇਦਾ ਆ। ਹੁਣ ਜਿਵੇਂ ਇੱਥੇ ਦੇ ਬੱਚੇ ਨੇ ਜਿਹੜੇ ਇੱਥੇ ਦੇ ਪੜ੍ਹੇ ਲਿਖੇ ਨੇ ਉਹ ਚਾਹੇ ਇੱਥੇ 1400-1500 ਯੂਰੋ ਕਮਾਉਂਦੇ ਹੋਣ, ਉਹਨਾਂ ਲਈ ਉਹੀ ਬਹੁਤ ਆ, ਕਿਉਂਕਿ ਉਹਨਾਂ ਦੇ ਖਰਚੇ ਨਹੀਂ ਹੈਗੇ, ਉਹ ਆਪਦੀ ਫੈਮਿਲੀ ਨਾਲ ਰਹਿੰਦੇ ਨੇ, ਉਹਨਾਂ ਦਾ ਉਹ ਸਾਰਾ ਆਪਦੇ ਲਈ ਆ, ਮਤਲਬ ਚਾਹੇ ਆਪ ਉਹ ਸਾਰਾ ਆਪਦਾ ਪੈਸਾ ਇੰਜੋਏ ਕਰਨਾ।
ਸੋ ਇਹ ਚੀਜ਼ ਸਾਈਡ 'ਤੇ ਹੋ ਗਈ। ਉਹ ਤੋਂ ਬਾਅਦ ਆ ਜਾਂਦੇ ਨੇ ਆਪਣੇ ਟਰੱਕ ਡਰਾਈਵਰ, ਜਿਹੜੇ ਟਰੱਕਿੰਗ ਦਾ ਕੰਮ ਕਰਦੇ ਨੇ ਉਹ ਕਿੰਨਾ ਕੁ ਕਮਾ ਲੈਂਦੇ ਨੇ। ਹੁਣ ਜਿਹੜਾ ਇੱਥੇ ਬੰਦਾ ਟਰੱਕਿੰਗ ਦਾ ਕੰਮ ਕਰਦਾ, ਰਾਊਂਡ ਅਬਾਊਟ ਐਵਰੇਜ ਜੇ ਆਪਾਂ ਲਾਈਏ 1800 ਯੂਰੋ ਅਤੇ 3500 ਯੂਰੋ ਦੇ ਵਿੱਚ ਉਹਦੀ ਕਮਾਈ ਹੁੰਦੀ ਆ। ਹੁਣ ਇੱਥੇ ਵੀ ਇਹ ਚੀਜ਼ ਡਿਪੈਂਡ ਕਰਦੀ ਆ ਵੀ ਉਹ ਕਿੰਨੇ ਟਾਈਮ ਤੋਂ ਲੱਗਿਆ, ਉਹ ਨਵਾਂ ਡਰਾਈਵਰ ਆ ਜਾਂ ਪੁਰਾਣਾ ਡਰਾਈਵਰ ਆ। ਜ਼ਿਆਦਾਤਰ ਇੱਥੇ ਲੋਕਲ ਵੀ ਕਰਦੇ ਨੇ, ਹੈ ਨਾ, ਵੀ ਸਵੇਰੇ ਜਾ ਕੇ ਸ਼ਾਮ ਤੱਕ ਘਰ ਆ ਜਾਂਦੇ ਨੇ। ਪਰ ਜੇ ਉਹ ਲੌਂਗ 'ਤੇ ਵੀ ਜਾਂਦੇ ਨੇ ਨਾ ਇੱਥੇ, ਕਿਉਂਕਿ ਕੰਟਰੀਜ਼ ਜ਼ਿਆਦਾ ਛੋਟੇ ਛੋਟੇ ਨੇ, ਸੋ ਜੇ ਕੋਈ ਲੌਂਗ 'ਤੇ ਵੀ ਜਾਂਦੇ ਨੇ ਉਹ ਵੱਧ ਤੋਂ ਵੱਧ 2 ਰਾਤਾਂ ਹੀ ਬਾਹਰ ਰਹਿੰਦੇ ਨੇ, ਫਿਰ ਉਹ ਵਾਪਸ ਆ ਜਾਂਦੇ ਨੇ। ਜਿਵੇਂ ਕਿ ਮੈਂ ਪਹਿਲਾਂ ਕਿਹਾ, ਜਿਹੜੇ ਸਾਰੇ ਜੌਬਸ ਨੇ ਇਹਦੇ ਵਿੱਚ ਛੁੱਟੀਆਂ ਵੀ ਉਹਨਾਂ ਨੂੰ ਹੋਣ, ਜਦੋਂ ਉਹਨਾਂ ਦਾ ਜਿਨ੍ਹਾਂ ਦਾ ਕੰਟਰੈਕਟ ਫਿਕਸ ਆ ਉਹਨਾਂ ਸਾਰਿਆਂ ਨੂੰ ਛੁੱਟੀਆਂ ਦੇ ਪੈਸੇ ਮਿਲਣਗੇ। ਸੋ ਇਹ ਹੋ ਗਿਆ ਆਪਣਾ ਜੌਬ ਵਾਲਾ ਸੈਕਸ਼ਨ, ਠੀਕ ਹੈ। ਹੁਣ ਜਿਵੇਂ ਕਿ ਆਪਾਂ ਡੈਰੀ ਫਾਰਮ ਵਿੱਚ ਕਿਹਾ ਸੀ, ਡੈਰੀ ਫਾਰਮ ਵਿੱਚ ਤਨਖਾਹਾਂ, ਹਾਂ, ਲੋਕ ਆਪਣੇ ਵਧੀਆ ਕਮਾ ਰਹੇ ਨੇ, ਬਸ ਉਹ 'ਚ ਇਹ ਡਿਸਐਡਵਾਂਟੇਜ ਆ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਹੁਣ ਜਵਾਕ ਇੱਥੇ ਪੜ੍ਹੇ ਲਿਖੇ ਨੇ ਉਹ ਕੰਮ 'ਚ ਜਾਣਾ ਨਹੀਂ ਚਾਹੁੰਦੇ, ਉਹ ਡੈਰੀ ਫਾਰਮ ਵਾਲੇ ਕੰਮ 'ਚ ਜਾਣਾ ਘੱਟ ਪਸੰਦ ਕਰਦੇ ਨੇ, ਉਹ ਜ਼ਿਆਦਾ ਹੋਰ ਫੀਲਡਾਂ ਟੇਕ ਓਵਰ ਕਰ ਰਹੇ ਨੇ। ਡੈਰੀ ਫਾਰਮ ਵਾਲੇ ਕੰਮ ਵਿੱਚ ਬਸ ਇਹੀ ਇੱਕ ਡਿਸਐਡਵਾਂਟੇਜ ਆ ਵੀ ਬੰਦੇ ਨੂੰ ਥੋੜ੍ਹੀ ਜਿਹੀ ਛੁੱਟੀਆਂ ਘੱਟ ਮਿਲਦੀਆਂ ਨੇ। ਹੁਣ ਇਹ ਤੋਂ ਬਾਅਦ ਆਪਾਂ ਆਉਂਦੇ ਹਾਂ ਆਪਣੀ ਤੀਸਰੀ ਕੈਟੇਗਰੀ ਵਿੱਚ। ਤੀਸਰੀ ਕੈਟੇਗਰੀ ਵਿੱਚ ਆਪਣੇ ਉਹ ਪੰਜਾਬੀ ਆ ਜਾਂਦੇ ਨੇ ਜਿਨ੍ਹਾਂ ਦੇ ਇੱਥੇ ਆਪਦੇ ਕਾਰੋਬਾਰ ਨੇ। ਹੁਣ ਲਗਭਗ ਇੱਥੇ ਪੰਜਾਬੀਆਂ ਨੇ ਹਰੇਕ ਫੀਲਡ ਵਿੱਚ ਆਪਦਾ ਕੋਈ ਨਾ ਕੋਈ ਬਿਜ਼ਨਸ ਖੋਲ੍ਹਿਆ ਹੋਇਆ, ਪਰ ਜੇ ਆਪਾਂ ਸਭ ਤੋਂ ਮਸ਼ਹੂਰ ਦੱਸੀਏ, ਹੈ ਨਾ, ਮੈਂ ਰੈਂਕਿੰਗ ਦੇ ਹਿਸਾਬ ਨਾਲ ਤਾਂ ਇਹ ਨੇ। ਸਭ ਤੋਂ ਪਹਿਲਾਂ ਤਾਂ ਹੋ ਗਿਆ ਜਿਵੇਂ ਫੈਕਟਰੀ, ਬਹੁਤ ਸਾਰੇ ਪੰਜਾਬੀਆਂ ਨੇ ਇੱਥੇ ਆਪਣੀਆਂ ਫੈਕਟਰੀਆਂ ਖੋਲ੍ਹੀਆਂ ਨੇ। ਦੂਸਰੇ ਨੰਬਰ 'ਤੇ ਆ ਜਾਂਦਾ ਗੈਸ ਸਟੇਸ਼ਨ, ਤੀਸਰੇ ਨੰਬਰ 'ਤੇ ਆ ਜਾਂਦਾ ਕਾਰ ਵਾਸ਼, ਚੌਥੇ ਨੰਬਰ 'ਤੇ ਆ ਜਾਂਦਾ ਇੰਡੀਅਨ ਗਰੋਸਰੀ ਸਟੋਰ, ਇੰਡੀਅਨ ਰੈਸਟੋਰੈਂਟ। ਹਾਂ, ਕਈ ਪੰਜਾਬੀਆਂ ਨੇ ਇੱਥੇ ਆਪਦਾ ਖੇਤੀ ਦਾ ਵੀ ਕੰਮ ਚਲਾਇਆ ਹੁੰਦਾ, ਉਹ ਠੇਕੇ 'ਤੇ ਲੈ ਲੈਂਦੇ ਨੇ, ਫੋਰ ਐਗਜ਼ਾਮਪਲ ਜਾਂ ਸੇਬਾਂ ਦਾ ਬਾਗ ਜਾਂ ਉੱਥੇ ਅੰਗੂਰਾਂ ਦਾ ਬਾਗ, ਇਹ ਵੀ ਕੰਮ ਆਪਣੇ ਪੰਜਾਬੀ ਇੱਥੇ ਕਰਦੇ ਨੇ, ਠੀਕ ਹੈ। ਲਗਭਗ ਹਰੇਕ ਫੀਲਡ ਵਿੱਚ ਉਹਨਾਂ ਨੇ ਆਪਦਾ ਕਾਰੋਬਾਰ ਚਲਾਇਆ ਹੋਇਆ। ਮੈਂ ਤੁਹਾਨੂੰ ਉਹ ਦੱਸਦੇ ਹਾਂ ਨਾ ਜਿਹੜੇ, ਚਲੋ, ਸਭ ਤੋਂ ਮਸ਼ਹੂਰ ਨੇ, ਸਭ ਤੋਂ ਪਾਪੂਲਰ। ਇਹ ਹੁਣ ਹੋ ਗਈ ਆਪਣੀ ਗੱਲ ਕੰਮਾਂ ਬਾਰੇ, ਠੀਕ ਹੈ, ਅਤੇ ਕਮਾਈਆਂ ਬਾਰੇ। ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਦੇ ਖਰਚਿਆਂ ਬਾਰੇ, ਜੇ ਇੱਥੇ ਬੰਦਾ ਰਹਿੰਦਾ ਕਿੰਨਾ ਕੁ ਉਹਦਾ ਖਰਚਾ ਆਉਂਦਾ। ਸੋ ਜੇ ਇੱਥੇ ਕੋਈ ਵੀ ਬੰਦਾ ਰੈਂਟ 'ਤੇ ਰਹਿ ਰਿਹਾ ਨੌਰਦਾਲ ਏਰੀਏ ਵਿੱਚ, ਤਾਂ ਉਹ ਐਕਸਪੈਕਟ ਕਰ ਸਕਦਾ ਵੀ ਉਹਦਾ ਰੈਂਟ 400 ਅਤੇ 500 ਯੂਰੋ ਦੇ ਵਿੱਚ ਹੋਊਗਾ। ਅਤੇ ਇਹ ਵੀ ਚੀਜ਼ ਬਾਕੀ ਬਹੁਤ ਡਿਪੈਂਡ ਕਰਦੀ ਆ ਵੀ ਕਿਹੜੇ ਏਰੀਏ ਵਿੱਚ ਰਹਿੰਦਾ, ਠੀਕ ਆ, ਏਰੀਆ ਵੀ ਬਹੁਤ ਡਿਪੈਂਡ ਕਰਦਾ, ਪਰ ਤੁਸੀਂ ਐਵਰੇਜ ਇਹੀ ਲਾ ਸਕਦੇ ਹੋ 400-500 ਯੂਰੋ। ਉਹ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਗਰੋਸਰੀ ਦਾ ਖਰਚਾ। ਜੇ ਕੋਈ 3 ਜਾਂ 4 ਮੈਂਬਰਸ ਦੀ ਫੈਮਿਲੀ ਆ, ਕਮ ਸੇ ਕਮ ਉਹਨਾਂ ਦੇ ਹਫ਼ਤੇ ਦਾ 150 ਯੂਰੋ ਤਾਂ ਲੱਗਦਾ, ਕਈਆਂ ਦਾ ਜ਼ਿਆਦਾ ਵੀ ਲੱਗਦਾ, ਕਈਆਂ ਦਾ ਮੇਬੀ ਘੱਟ ਵੀ ਲੱਗ ਸਕਦਾ ਹੋਵੇ, ਪਰ ਮਿਨੀਮਮ ਹਫ਼ਤੇ ਦਾ 150 ਯੂਰੋ ਤਾਂ ਹੈਗਾ। ਹੁਣ ਥੋੜ੍ਹਾ ਬਹੁਤਾ ਇਹ ਆ, ਜਦੋਂ ਉਹ ਯੂਕਰੇਨ ਦੀ ਲੜਾਈ ਹੋਈ ਸੀ, ਮਹਿੰਗਾਈ ਇੱਥੇ ਵੀ ਥੋੜ੍ਹੀ ਜਿਹੀ ਵੱਧ ਗਈ ਪਹਿਲਾਂ ਨਾਲੋਂ, ਹੈ ਨਾ, ਅੱਗੇ ਹੋਰ ਵੀ ਘੱਟ ਹੁੰਦੇ ਸੀ, ਪਰ ਇੰਨਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਗੱਡੀਆਂ ਬਾਰੇ, ਗੱਡੀਆਂ ਦੇ ਇੰਸ਼ੋਰੈਂਸਾਂ ਬਾਰੇ। ਇੱਥੇ ਮੈਂ ਹੁਣ ਕੈਨੇਡਾ ਨਾਲ ਕੰਪੇਅਰ ਕਰ ਸਕਦਾ, ਕਿਉਂਕਿ ਕੈਨੇਡਾ ਹੀ ਮੈਂ ਰਿਹਾ, ਮੈਨੂੰ ਬਾਕੀ ਕੰਟਰੀਆਂ ਬਾਰੇ ਪਤਾ ਨੀਗਾ, ਹੈ ਨਾ, ਵੀ ਉੱਥੇ ਕਿੰਨੀਆਂ ਇੰਸ਼ੋਰੈਂਸਾਂ ਹੋਣਗੀਆਂ, ਪਰ ਉੱਥੇ ਨੂੰ ਥੋੜ੍ਹੀਆਂ ਘੱਟ ਨੇ। ਇੱਥੇ ਜੇ ਸਾਲ ਦੇ ਹਿਸਾਬ ਨਾਲ ਦੇਖੀਏ ਨਾ, ਸਾਲ ਦੀ ਗੱਡੀ ਦੀ ਇੰਸ਼ੋਰੈਂਸ ਐਵਰੇਜ ਅਰਾਊਂਡ 800-100 ਯੂਰੋ ਹੋਊਗੀ। ਇੱਥੇ ਵੀ ਇਹੀ ਡਿਪੈਂਡ ਕਰਦਾ ਵੀ ਬੰਦਾ ਕਿੰਨਾ ਪੁਰਾਣਾ ਉਹਦਾ ਲਾਇਸੈਂਸ ਆ, ਜੇ ਉਹਨੇ ਕਦੇ ਐਕਸੀਡੈਂਟ ਕੀਤਾ ਜਾਂ ਨਹੀਂ। ਮੈਂ ਇੱਦਾਂ ਦੇ ਲੋਕਾਂ ਨੂੰ ਵੀ ਜਾਣਦਾ ਇੱਥੇ ਜਿਹੜੇ ਸਾਲ ਦੇ 250 ਯੂਰੋ 300 ਯੂਰੋ ਇੰਸ਼ੋਰੈਂਸ ਦਿੰਦੇ ਨੇ ਸਾਲ ਦੀ ਆਪਦੀ ਗੱਡੀ ਦੀ। ਹਾਂ, ਥੋੜ੍ਹੇ ਬਹੁਤੇ ਜਿਹੜੇ ਹੁਣ ਨਵੀਆਂ ਗੱਡੀਆਂ ਨੇ ਉਹਨਾਂ ਦੀਆਂ ਜ਼ਿਆਦਾ ਨੇ, ਉਹਨਾਂ ਦੀ 1000-1000 ਯੂਰੋ ਤੱਕ ਵੀ ਜਾ ਸਕਦੀ ਆ ਸਾਲ ਦੀ। ਪਰ ਜਿਉਂ ਜਿਉਂ ਸਾਲ ਨਿਕਲਦੇ ਜਾਂਦੇ ਨੇ, ਜਿਉਂ ਜਿਉਂ ਬੰਦੇ ਦੀ ਉਮਰ ਵੀ ਵੱਧਦੀ ਜਾਂਦੀ ਆ, ਉਹ ਖਰਚਾ ਘੱਟ ਹੀ ਜਾਂਦਾ। ਹੁਣ ਗੱਡੀਆਂ ਬਾਰੇ ਗੱਲ ਕਰੀਏ, ਜ਼ਿਆਦਾਤਰ, ਹੈ ਨਾ, ਜਿੱਥੇ ਤੱਕ ਮੈਂ ਦੇਖਿਆ ਗੱਡੀਆਂ ਦੀ ਗੱਲ 'ਤੇ ਆਉਂਦੇ ਆ, ਤਾਂ ਲੋਕ ਜ਼ਿਆਦਾਤਰ ਇੱਥੇ ਕੈਸ਼ 'ਚ ਲੈਣਾ ਪਸੰਦ ਕਰਦੇ ਨੇ। ਤਾਂ ਇਹਦਾ ਮਤਲਬ ਹੁਣ ਆਏ ਨੀਗਾ ਵੀ ਕੋਈ ਵੀ, ਹੈ ਨਾ, ਫਾਈਨੈਂਸ ਕਰਾਉਂਦਾ ਨਹੀਂ, ਹੈਗੇ ਨੇ ਫਾਈਨੈਂਸ ਕਰਾਉਣ ਵਾਲੇ ਵੀ, ਪਰ ਜ਼ਿਆਦਾਤਰ ਲੋਕ ਕੈਸ਼ 'ਤੇ ਲੈਣਾ ਪਸੰਦ ਕਰਦੇ ਨੇ, ਕੋਈ ਵੀ ਗੱਡੀ ਜਿਹੜੀ ਲੈਂਦੇ ਨੇ ਉਹ ਕੈਸ਼ 'ਤੇ ਖਰੀਦਦੇ ਨੇ। ਉਹ ਤੋਂ ਬਾਅਦ ਘਰਾਂ ਦੀ ਗੱਲ ਹੋ ਜੇ,
ਘਰਾਂ ਦੀ ਜਿਹੜੀ ਮੌਰਗੇਜ ਆ ਜਿਹਦਾ ਹੁਣ ਕੰਮ ਫਿਕਸ ਆ, ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਉਹ ਬੈਂਕ ਉਹਨਾਂ ਨੂੰ ਲੋਨ ਦੇ ਦਿੰਦੀ ਆ। ਬੈਂਕ ਲੋਨ ਦੇਣ ਤੋਂ ਪਹਿਲਾਂ ਇਹੀ ਰਿਕੁਆਇਰਮੈਂਟ ਮੰਗਦੀ ਆ ਵੀ ਤੁਹਾਡਾ ਕੰਮ ਫਿਕਸ ਹੋਵੇ ਅਤੇ ਉਹਨਾਂ ਨੂੰ ਘਰ ਦਾ ਲੋਨ ਮਿਲ ਜਾਂਦਾ, ਇੰਟਰਸਟ ਵੀ ਬਹੁਤ ਘੱਟ। ਉਹ ਤੋਂ ਬਾਅਦ ਹੋਰ ਜਿਹੜੇ ਖਰਚੇ ਹੋਣ, ਜਿਵੇਂ ਸਿੰਮ ਦਾ ਖਰਚਾ, ਫੋਨ ਦਾ ਖਰਚਾ, ਇੱਥੇ ਹੁਣ ਸਿੰਮ ਦਾ ਮਹੀਨੇ ਦਾ ਰਿਚਾਰਜ ਅਰਾਊਂਡ 15 ਯੂਰੋ ਆ, ਸੋ ਉਹ ਤਾਂ ਬਹੁਤ ਚੀਜ਼ ਮਤਲਬ ਸਸਤੀ ਆ। ਹੁਣ ਆਹ ਸਾਰਾ ਕੁਛ ਤੁਸੀਂ ਜੇ ਤੁਸੀਂ ਕੰਸਿਡਰ ਕਰੋਗੇ, ਜਿਵੇਂ ਕਿ ਮੈਂ ਵੀਡੀਓ ਦੀ ਸ਼ੁਰੂਆਤ ਵਿੱਚ ਕਿਹਾ ਸੀ, ਹੁਣ ਕੋਈ 4 ਮੈਂਬਰਾਂ ਦਾ ਪਰਿਵਾਰ ਆ, ਉਹ 4 ਜਣਿਆਂ 'ਚੋਂ 2 ਜਣੇ ਕੰਮ ਕਰਦੇ ਨੇ, 3 ਜਣੇ ਕੰਮ ਕਰਦੇ ਨੇ, ਉਹਨਾਂ ਦੀ ਲਾਈਫ ਬਹੁਤ ਅਲੱਗ ਆ ਜੇ ਆਪਾਂ ਇੱਕ ਇਕੱਲੇ ਬੰਦੇ ਨਾਲ ਕੰਪੇਅਰ ਕਰੀਏ ਜਿਹੜਾ ਇਕੱਲਾ ਬੰਦਾ ਇੱਥੇ ਰਹਿ ਰਿਹਾ। ਸੋ ਇਹ ਚੀਜ਼ ਵੀ ਬਹੁਤ ਡਿਪੈਂਡ ਕਰਦੀ ਆ, ਠੀਕ ਹੈ। ਖਾਸ ਕਰਕੇ ਜਿਵੇਂ ਕਿ ਮੈਂ ਕਿਹਾ, ਇੱਥੇ ਦੇ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਉਹਦਾ ਆਪਦੀ ਸਾਰੀ ਫੈਮਿਲੀਆਂ ਨਾਲ ਹੀ ਰਹਿੰਦੇ ਨੇ, ਤਾਂ ਕਰਕੇ ਉਹ ਜਿੰਨਾ ਕਮਾਉਂਦੇ ਨੇ ਉਹਨਾਂ ਦਾ ਸਾਰਾ ਆਪਦੇ ਲਈ ਹੁੰਦਾ, ਉਹ ਸਾਰਾ ਬਚਦਾ। ਸੋ ਲਗਭਗ ਮੈਂ ਲੱਗਦਾ ਵੱਧ ਤੋਂ ਵੱਧ ਜਿੰਨਾ ਮੈਂ ਕਵਰ ਕਰ ਸਕਦਾ ਸੀ ਉਨਾ ਮੈਂ ਕਵਰ ਕਰਤਾ। ਤੁਹਾਡੇ ਹੋਰ ਵੀ ਸਪੈਸੀਫਿਕ ਵਿੱਚ ਕੋਈ ਸਵਾਲ ਹੈਗੇ ਨੇ ਤਾਂ ਜ਼ਰੂਰ ਮੈਨੂੰ ਕਮੈਂਟ ਵਿੱਚ ਦੱਸਿਓ, ਆਪਾਂ ਉਹਦੇ ਉੱਤੇ ਵੀ ਵੀਡੀਓ ਬਣਾ ਦਾਂਗੇ। ਸੋ ਆਹ ਸੀਗੀ ਅੱਜ ਦੀ ਵੀਡੀਓ, ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ। ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਆਪਾਂ ਮਿਲਦੇ ਹਾਂ ਅਗਲੀ ਵਾਰ। ਓਕੇ।